ਜਲੰਧਰ ਅੰਮ੍ਰਿਤਸਰ ਹਾਈਵੇ ਤੇ ਚਗੱਟੀ ਫਲਾਈਓਵਰ ਦੇ ਨੇੜੇ ਇੱਕ ਟੂਰਿਸਟ ਬੱਸ ਦੇ ਵੱਲੋਂ ਪੀਸੀਆਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ। ਦੱਸਣਯੋਗ ਹੈ ਕਿ ਚਗੱਟੀ ਫਲਾਈਓਵਰ ਤੇ ਸਰੀਏ ਦੇ ਨਾਲ ਭਰੇ ਇੱਕ ਟਰੱਕ ਦੇ ਅਚਾਨਕ ਟਾਇਰ ਫਟ ਗਏ ਸਨ, ਜਿਸ ਕਰਕੇ ਹਾਈਵੇ ਤੇ ਲੰਬਾ ਜਾਮ ਲੱਗ ਗਿਆ ਸੀ। ਜਦ ਪੀਸੀਆਰ ਦੀ ਟੀਮ ਟਰੱਕ ਨੂੰ ਸਾਈਡ ਕਰਵਾਉਣ ਦੇ ਲਈ ਉੱਥੇ ਪੁੱਜੀ ਤਾਂ ਪਿੱਛੋਂ ਦੀ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਨੇ ਪੀਸੀਆਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪੀਸੀਆਰ ਗੱਡੀ ਦੇ ਪ੍ਰਖੱਛੇ ਉੱਡ ਗਏ। ਫਿਲਹਾਲ ਦੱਸਣਯੋਗ ਹੈ ਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਨੇ ਬੱਸ ਚਾਲਕ ਨੂੰ ਫੜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੇਰੇ 4 ਵਜੇ ਸਾਨੂੰ ਮੈਸੇਜ ਆਇਆ ਵੀ ਇੱਕ ਟਰੱਕ ਸੜਕ ਦੇ ਉੱਤੇ GT ਰੋਡ 'ਤੇ ਖਰਾਬ ਖੜ੍ਹਾ, ਐਕਸੀਡੈਂਟ ਹੋਇਆ। ਜਦੋਂ ਅਸੀਂ ਆਏ ਹਾਂ ਉਹਦੇ ਸੜਕ ਦੇ ਉੱਤੇ ਟਰੱਕ ਖੜ੍ਹਾ ਸੀਗਾ ਅਤੇ ਟਰੈਫਿਕ ਚੱਲ ਰਹੀ। ਅਸੀਂ ਗੱਡੀ ਖੜ੍ਹੀ ਕਰਕੇ ਆਪਣੀ ਅਤੇ ਉਸ ਟਰੈਫਿਕ ਨੂੰ ਨਿਗਾ ਰਹੇ ਸੀਗੇ। ਪਿੱਛੋਂ ਬੱਸ ਆਈ ਆ ਟੂਰਿਸਟ ਪ੍ਰਿੰਸ ਟਰੈਵਲ ਵਾਲਿਆਂ ਦੀ, ਅਤੇ ਸਾਡੇ ਵਾਲੀ ਗੱਡੀ ਨੂੰ ਹਿੱਟ ਕੀਤਾ ਇਹਨੇ, ਤਾਂ ਸਾਡੇ ਵਾਲੀ ਗੱਡੀ ਜਿਹੜੀ ਪੂਰੇ ਟਰੱਕ ਦੇ ਵਿੱਚ ਲੱਗ ਗਈ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ, ਜਾਨੀ ਨੁਕਸਾਨ ਨਹੀਂ ਕੋਈ ਹੋਇਆ। ਗੱਡੀ ਦਾ ਨੁਕਸਾਨ ਹੋਇਆ ਜਿਹੜਾ। ਕਿੰਨੇ ਨੰਬਰ ਗੱਡੀ ਹੈਗੀ ਜੀ? 21 ਨੰਬਰ ਹੈ ਜੀ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।